ਹਨਾ ਤੇ ਉਸ ਤੋਂ ਬਾਅਦ ਇੱਕ ਹੋਰ ਗੱਲ ਕਹੀ ਹੈ, ਹੁਣ ਦਾੜੀ ਤਾਂ ਕਵਰ ਕਰਨੀ ਪੈਂਦੀ, ਇੱਥੇ ਬੀਅਰਡ ਨੈਟ ਲਾਉਣਾ ਪੈਂਦਾ। ਇੱਕ ਹੋਰ ਸੁਣੀ ਹੈ ਮੈਂ ਐਮਾਜ਼ੋਨ ਦੇ ਵਿੱਚ, ਐਮਾਜ਼ੋਨ ਦੇ ਵਿੱਚ ਸੀਨ ਪਤਾ ਕੀ ਹੋਇਆ, ਇੱਕ ਫੋਕਲਿਫਟ ਵਾਲਾ ਕੰਮ ਹੁੰਦਾ ਥੋੜਾ ਬਹੁਤ, ਉੱਪਰੋਂ ਡੱਬੇ ਚੱਕ ਕੇ ਲੈ ਕੇ ਆਉਣੇ ਹੁੰਦੇ ਨੇ, ਮਤਲਬ ਉਹ ਫੋਕਲਿਫਟ ਨਹੀਂ ਹੁੰਦੀ ਜਿੱਥੇ ਆਪ ਬੰਦਾ ਉੱਪਰ ਜਾਂਦਾ ਹੁੰਦਾ ਹਨਾ, ਉਹਦੇ ਹਾਰਨੈਸ ਪਾਈ ਹੁੰਦੀ ਆ, ਉਹ ਡੱਬੇ ਲੈ ਕੇ ਆਉਂਦੇ ਨੇ ਉੱਪਰੋਂ ਚੱਕ ਕੇ। ਇੱਕ ਕੀ ਹੋਇਆ, ਇੱਕ ਮੁੰਡਾ ਸੀ ਉਹਦੇ ਸਿਰ ਤੇ ਡੱਬਾ ਵੱਜਿਆ, ਕੁਛ ਹੈਵੀ ਤਾਂ ਨਹੀਂ ਹੈਗਾ ਸੀ, ਪਰ ਸੇਫਟੀ ਵਾਲੇ ਨੇ ਦੇਖ ਲਿਆ ਉੱਥੇ, ਇਹ ਹੈਗੀ ਹੈ ਇੱਥੇ ਬ੍ਰੈਂਪਟਨ ਦੀ ਗੱਲ ਆ, ਉਹ ਸੇਫਟੀ ਵਾਲੇ ਨੇ ਦੇਖ ਲਿਆ ਉੱਥੇ। ਸੇਫਟੀ ਵਾਲੇ ਨੇ ਪਤਾ ਉਸ ਤੋਂ ਬਾਅਦ ਕੀ ਕਰਤਾ, ਅਨਾਉਂਸ ਕਰਤਾ ਕਿ ਜਾਂ ਤਾਂ ਜਿਹੜੇ ਵੀ ਪੱਗਾਂ ਵਾਲੇ ਨੇ ਜਾਂ ਫਿਰ ਜਿਹਨਾਂ ਦੇ ਜੂੜਾ ਕਰਿਆ ਹੋਇਆ ਉਹ ਸਾਰੇ ਬੰਦੇ ਹੈਲਮਟ ਪਾਉਣਗੇ, ਜੇ ਤੁਸੀਂ ਨਹੀਂ ਪਾ ਸਕਦੇ ਹੈਗੇ ਤਾਂ ਤੁਹਾਨੂੰ ਇਹ ਕੰਮ ਨਹੀਂ ਕਰ ਦਿੱਤਾ ਜਾਊਗਾ। ਹੁਣ ਕੀ ਹੋਇਆ, ਜਿਹੜੇ ਵੀ ਪੱਗਾਂ ਵਾਲੇ ਸੀ ਕਹਿੰਦੇ ਸੀ ਹੈਲਮਟ ਨਹੀਂ ਪਾਉਣਾ, ਉਹਨਾਂ ਦਾ ਉਹਨਾਂ ਨੇ ਡਿਪਾਰਟਮੈਂਟ ਚੇਂਜ ਕਰਤਾ। ਪਰ ਹੁਣ ਇਸ ਤੋਂ ਬਾਅਦ ਇਹਦਾ ਫਿਊਚਰ ਨੁਕਸਾਨ ਕੀ ਹੋਊਗਾ, ਜੇ ਹੁਣ ਉਹਨਾਂ ਨੂੰ ਪੱਗਾਂ ਵਾਲੇ ਦੀ ਲੋੜ ਨਹੀਂ ਹੈਗੀ, ਹੁਣ ਜੇ ਮਤਲਬ ਆਪਾਂ ਗੱਲ ਕਰੀਏ ਕਿ ਉਹਨਾਂ ਨੂੰ ਸਿਰਫ ਉਸੇ ਡਿਪਾਰਟਮੈਂਟ ਚ ਬੰਦੇ ਚਾਹੀਦੇ ਨੇ, ਤੇ ਉਹਨਾਂ ਨੇ ਜਿੰਨੇ ਪੱਗਾਂ ਵਾਲੇ ਹੈਗੇ ਸੀ ਉਹ ਆਲਰੇਡੀ ਹੋਰ ਡਿਪਾਰਟਮੈਂਟ ਚ ਸ਼ਿਫਟ ਕਰਤੇ, ਪਰ ਉਹਨਾਂ ਨੂੰ ਹੁਣ ਬੰਦੇ ਹਾਇਰ ਕਰਨੇ ਨੇ, ਤਾਂ ਹੁਣ ਉਹ ਦੇਖਣਗੇ ਕਿ ਪੱਗ ਵਾਲੇ ਨੂੰ ਅਸੀਂ ਹਾਇਰ ਕਰ ਹੀ ਨਹੀਂ ਸਕਦੇ ਸੀਗੇ, ਕਿਉਂਕਿ ਅਸੀਂ ਤਾਂ ਮਸ਼ੀਨ ਤੇ ਚੜਾਉਣਾ, ਪੱਗ ਵਾਲੇ ਤਾਂ ਨੰਬਰ ਕੱਟ ਗਿਆ ਫਿਰ। ਹੌਲੀ ਉਹ ਚੀਜ਼ ਮਤਲਬ ਵਧੀ ਜਾਊਗੀ, ਹੌਲੀ ਹੌਲੀ ਉਹ ਚੀਜ਼ ਮਤਲਬ ਕਹਿਣ ਦਾ ਭਾਵ ਵੀ ਇਹ ਚੀਜ਼ ਤਾਂ ਖਤਮ ਹੋ ਜੂ ਫਿਰ ਤਾਂ ਯਾਰ, ਉਹ ਕੰਮ ਮਿਲਣੀ ਬੰਦ ਹੋ ਜੂ ਇਸੇ ਹਮਨਾ ਦੇਖਿਆ ਜਾਵੇ। ਪਰ ਆਪਦੀ ਜਗ੍ਹਾ ਚੱਲ ਮੈਨੂੰ ਹਾਂ ਨਹੀਂ ਪਤਾ ਉਹ ਠੀਕ ਨੇ ਜਾਂ ਗਲਤ ਨੇ, ਪਰ ਜਦੋਂ ਪੱਗ ਨੂੰ ਇਹਨਾਂ ਨੇ ਹੈਲਮੈਟ ਨੂੰ ਕੰਸੀਡਰ ਕੀਤਾ ਹੋਇਆ ਬਾਹਰ ਵੀ ਗੌਰਮੈਂਟ ਨੇ ਆਪਣੇ ਕੈਨੇਡਾ ਦੇ ਵਿੱਚ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਕੋਈ ਦਿੱਕਤ ਹੋਣੀ ਚਾਹੀਦੀ। ਉਹੀ ਗੱਲ ਨਾ, ਚਲੋ ਜੋ ਕਰ ਰਿਹਾ ਬੰਦਾ ਆਪਦੇ ਰਿਸਕ ਤੇ ਕਰ ਰਿਹਾ, ਯਾਰ ਪੱਗ ਨੂੰ ਇੱਕ ਹੈਲਮੈਟ ਕੰਸੀਡਰ ਕਰ ਰਹੇ ਨੇ ਔਰ ਔਨ ਰੋਡ, ਸਭ ਤੋਂ ਵੱਧ ਡੇਂਜਰ ਔਨ ਰੋਡ ਹੀ ਹੁੰਦਾ ਹੈਗਾ ਬਾਈ, ਐਜ਼ ਏ ਮਤਲਬ ਮੋਟਰ ਬਾਈਕ ਤੇ ਦੇਖਿਆ ਜਾਵੇ ਆਪਾਂ ਨੇ, ਤੇ ਪਰ ਜਦ ਉੱਧਰ ਉਹਨਾਂ ਨੇ ਉਹ ਚੀਜ਼ ਕੰਸੀਡਰ ਕਰ ਰੱਖੀ ਹੈ ਤਾਂ ਸੋਨੂੰ ਕੋਈ ਇਹ ਚੀਜ਼ ਦੀ ਦਿੱਕਤ ਨਹੀਂ ਹੋ ਸਕਦੀ। ਇੱਥੇ ਮੈਂ ਇੱਕ ਉਹੀ ਚੀਜ਼ ਆ ਜਾਂਦੀ ਹੈ ਨਾ, ਸੁਪਰਵਾਈਜ਼ਰ ਨੇ ਦੇਖ ਲਿਆ ਬਿਲਕੁਲ, ਤੇ ਉਹ ਉੱਥੇ ਚੀਜ਼ ਮਤਲਬ ਐਂਡ ਤੇ ਇੱਕ ਨਿਕਲ ਕੇ ਮੇਰੇ ਆ ਗਈ ਅਕੋਰਡਿੰਗ ਇਸ ਟਾਈਮ ਉਸ ਆਪਾਂ ਸਿਰਫ ਕਹਿੰਦੇ ਇੱਕ ਮੰਨਦੇ ਐਫਸੀ ਦੇ ਵਿੱਚ ਆ, ਪਾਰਟੀਕੂਲਰ ਐਫਸੀ ਦੇ ਵਿੱਚ ਜਿਹੜਾ ਮਤਲਬ ਫੋਰ ਕਨਵੈਂਸ਼ਨ ਸੈਂਟਰ ਉਹਨਾਂ ਦਾ, ਸਿਰਫ ਉਸ ਦੇ ਵਿੱਚ ਆ। ਪਰ ਜੀ ਹੁਣ ਇਹ ਗੱਲ ਕੰਟੀਨਿਊ ਰਹਿ ਗਈ, ਇਸ ਤੋਂ ਬਾਅਦ ਸੇਫਟੀ ਵਾਲੇ ਨੇ ਕਹਿਤਾ ਕਿ ਹਾਂ ਆਹ ਦੇਖੋ ਜੀ ਹੁਣ ਇਸ ਤੋਂ ਬਾਅਦ ਕੋਈ ਕਿਸੇ ਦੇ ਵੀ ਕੋਈ ਸੱਟ ਨਹੀਂ ਹੋਏ। ਇਹ ਹੈਗੀ ਹੈ ਵਿੰਸਟਨ ਚਰਚਲ ਦੀ। ਕਿਹੜੇ ਦੀ ਗੱਲ ਹੈ, ਕਿਹੜੇ ਮਤਲਬ ਲੋਕੇਸ਼ਨ ਦੀ ਗੱਲ ਹੈ ਇਹ? ਹੈਰੀਟੇਜ ਦੇ ਪਿਛਲੀ ਸਾਈਡ ਤੇ ਆ, ਹਾਂ ਉੱਥੇ ਦੀ ਗੱਲ ਆ। ਉੱਥੇ ਹੈਲਮਟਾਂ ਨੂੰ ਉਹਨਾਂ ਨੇ ਉਹ ਕਰਤਾ ਕਿ ਪੱਗਾਂ ਵਾਲੇ ਬੰਦੇ ਉਸ ਡਿਪਾਰਟਮੈਂਟ ਚ ਨਹੀਂ ਕੰਮ ਕਰਨਗੇ, ਹੁਣ ਕਰ ਵੀ ਨਹੀਂ ਰਹੇ ਹੈਗੇ ਉੱਥੇ, ਜਾਂ ਤਾਂ ਉਹਨੂੰ ਕੁੜੀਆਂ ਨੂੰ ਲਾਤਾ ਹੈਲਮਟ ਪਵਾ ਕੇ। ਵੀ ਅੱਜ ਦੇ ਟਾਈਮ ਇੱਕ ਪਾਰਟੀਕੁਲਰ ਡਿਪਾਰਟਮੈਂਟ ਨੂੰ ਉਹਨਾਂ ਨੇ ਬੈਨ ਲਾਇਆ, ਕੱਲ ਨੂੰ ਉਹ ਚੀਜ਼ ਵੱਧ ਵੀ ਸਕਦੀ ਹੈ। ਪਰ ਮੈਨੂੰ ਲੱਗਦਾ ਚੱਲ ਇੱਕ ਵੱਡੀ ਸੰਸਥਾ ਹੈ ਨਾ, ਇਹ ਸੰਸਥਾ ਨਿਕਲ ਗਿਆ ਵੱਡੀ, ਇੱਕ ਉਹ ਹੈ ਵੱਡਾ ਵੇਅਰ ਹਾਊਸਿੰਗ ਹੈ ਦੁਨੀਆਂ ਦੇ ਵਿੱਚ ਸਭ ਤੋਂ ਵੱਡੀ ਕੰਪਨੀ ਮੈਨੂੰ ਲੱਗਦਾ ਅੱਜ ਦੇ ਟਾਈਮ ਐਮਾਜ਼ੋਨ ਹੀ ਹੈ, ਤੇ ਮੈਨੂੰ ਲੱਗਦਾ ਨਹੀਂ ਇਹ ਐਡਾ ਕੋਈ ਸਟੈਪ ਚੱਕਣਗੇ ਇਸ ਮਾਮਲੇ ਨੂੰ ਲੈ ਕੇ। ਚੱਲ ਇੱਕ ਆਪਾਂ ਜਿਹੜੇ ਪੰਜਾਬੀਆਂ ਨੇ ਕਰਿਆ ਸੀ ਉਸ ਤੋਂ ਬਾਅਦ, ਸ਼ਾਇਦ ਮੈਨੂੰ ਪੂਰਾ ਐਗਜੈਕਟ ਤਾਂ ਨਹੀਂ ਪਤਾ ਹੈਗਾ, ਉਹਨਾਂ ਨੇ ਕਿਹਾ ਸੀ ਕਿ ਨਹੀਂ ਨਹੀਂ ਪੱਗ ਤਾਂ ਹੁਣ ਇੱਥੇ ਅਲਾਊਡ ਆ ਹਨਾ, ਪੱਗ ਇੱਕ ਹੈਲਮਟ ਲਈ ਕੰਸੀਡਰ ਕੀਤੀ ਜਾਂਦੀ ਆ, ਅਸੀਂ ਇੱਥੇ ਕੰਮ ਕਰਾਂਗੇ। ਉਸ ਤੋਂ ਬਾਅਦ ਸ਼ਾਇਦ ਉਹਨਾਂ ਆਪਸ਼ਨ ਦਿੱਤੀ ਸੀ, ਜਾਂ ਡਿਪਾਰਟਮੈਂਟ ਚੇਂਜ ਕਰ ਲਓ ਜਾਂ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਹੈਗੇ ਇੱਥੇ। ਪਰ ਹੁਣ ਇਹ ਨਹੀਂ ਪਤਾ ਹੈਗਾ ਕਿ ਉਹ ਗੱਲ ਅੱਗੇ ਕਿੰਨਾ ਚਿਰ ਚੱਲੂਗੀ, ਇਹ ਨਹੀਂ ਪਤਾ ਵੀ ਸ਼ਾਇਦ ਕੈਂਸਲ ਹੋ ਜਾਏ ਜਾਂ ਫਿਰ ਉਹਨੂੰ ਥੋੜੇ ਚਿਰ ਵਾਸਤੇ ਅਪਲਾਈ ਕਰਕੇ ਦੇਖਿਆ ਹੋਵੇ ਜਾਂ ਬੰਦ ਕਰ ਦੇਣਾ। ਮੈਂ ਸਿੱਧਾ ਕਿਸੇ ਉੱਤੇ ਬਲੇਮ ਨਹੀਂ ਲਾ ਰਿਹਾ ਨਾ ਕਿ ਉਹਨਾਂ ਨੇ ਐਂ ਕੀਤਾ ਜਾਂ ਕੁਛ ਕੀਤਾ, ਇਹ ਨਹੀਂ ਪਤਾ ਉਹ ਅਗਲੇ ਮਹੀਨੇ ਬੰਦ ਕਰ ਦੇਣ, ਪਰ ਹਜੇ ਤੱਕ ਉਹ ਚੀਜ਼ ਹੈਗੀ ਆ ਉੱਥੇ ਇਸ ਟਾਈਮ, ਸ਼ਾਇਦ ਪਿਛਲੇ 3 ਮਹੀਨਿਆਂ ਤੋਂ ਚੱਲ ਰਹੀ ਆ। ਤਾਂ ਫਿਰ ਉਹੀ ਆ ਕਿ ਇਸ ਹਿਸਾਬ ਨਾਲ ਤਾਂ ਚਲੋ ਬਾਅਦ ਦੇ ਵਿੱਚ, ਚਲੋ ਹੁਣ ਉਹਨਾਂ ਨੇ ਸੇਫਟੀ ਤੋਂ ਸ਼ੁਰੂ ਕਰਤਾ, ਗੱਲ ਤਾਂ ਕਿ ਅਗਲੇ ਸੀਜ਼ਨ ਤੇ ਖਤਮ ਹੋ ਵੀ ਗੱਲ ਜਾਂਦੀ ਕਿੱਥੇ ਹੈ ਵੀ ਹੌਲੀ ਹੌਲੀ ਚੱਲ। ਪਰ ਮੈਨੂੰ ਲੱਗਦਾ ਜਿੰਨੇ ਕ ਆਪਣੇ ਨਾ ਬ੍ਰੈਂਪਟਨ ਦੇ ਬੈਠੇ ਨੇ ਆਪਣੇ ਲਈ ਸ਼ੇਰ, ਤੇ ਮੈਨੂੰ ਲੱਗਦਾ ਇਹ ਚੀਜ਼ ਛੇਤੀ ਹੋਣਾ ਹੋਣ ਤਾਂ ਨਹੀਂ ਵਾਲੀ, ਬਾਕੀ ਚਲੋ ਰੱਬ ਜਾਣਦਾ ਨਾ ਕੀ ਹੋਣਾ ਕੀ। ਜਿਵੇਂ ਹੁਣ ਆਪਾਂ ਜੇ ਜਿਹੜੇ ਵੀ ਲੋਕ ਦੇਖ ਰਹੇ ਨੇ, ਆਪਣੇ ਵਿਊਅਰ ਦੇਖ ਰਹੇ ਨੇ, ਉਹਨਾਂ ਸਾਰਿਆਂ ਨੂੰ ਆਪਾਂ ਇੱਕ ਵਾਰਨਿੰਗ ਤਾਂ ਦੇ ਦਈਏ ਕਿ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ GIC ਮੰਗਾਉਣਗੇ, ਉਹ ਗੱਲ ਤਾਂ ਸੱਚੀ ਹੋਈ ਆ, ਹੁਣ ਸਾਡੀ ਇੱਕ ਹੋਰ ਗੱਲ ਵੀ ਸੱਚੀ ਹੋ ਰਹੀ ਆ ਕਿ PR-ਆਂ ਵਾਸਤੇ ਤੜਫਾਉਣਗੇ ਸਾਰਿਆਂ ਨੂੰ। ਹੁਣ ਤਾਂ ਤੜਫਾ ਰਹੇ ਨੇ, ਮੇਰੇ ਨੋਨ ਦੇ ਵਿੱਚ ਹੀ ਇਹੋ ਜਿਹੇ ਬੰਦੇ ਨੇ ਦਲੇਰ ਜਿਹੜੇ ਬੰਦਿਆਂ ਦੇ ਪੁਆਇੰਟ 500-500 ਤੋਂ ਉੱਪਰ ਹੈਗੇ ਨੇ, ਪਰ ਉਹ ਬੰਦਿਆਂ ਦੀ ਹੁਣ PR ਦੀ ਹੋਪ ਹੈਗੀ ਨਹੀਂ, ਉਹਨਾਂ ਦਾ ਵਰਕ ਪਰਮਿਟ ਵੀ ਐਕਸਪਾਇਰ ਹੋ ਜੂਗਾ ਅਗਲੇ 3 ਮਹੀਨੇ ਤੱਕ, ਮੰਨਿਆ ਉਹਨਾਂ ਕੋਲ ਪਰਸਨਲ ਉਸ ਕੰਪਨੀ ਦੀ LMI ਹੈਗੀ ਆ, ਤਾਂ ਉਹ ਉੱਥੇ ਕਲੋਜ਼ ਵਰਕ ਪਰਮਿਟ ਤੇ ਕੰਮ ਕਰ ਲੈਣਗੇ, ਪਰ ਸਾਰਿਆਂ ਕੋਲ LMI ਇਹ ਨਹੀਂ ਹੁੰਦੀ ਹੈਗੀ ਹਨਾ। ਤੇ ਐਕਸਟੈਂਸ਼ਨ ਕਰਤੀ ਬੰਦ, ਜੇ ਹੁਣ ਐਕਸਟੈਂਸ਼ਨ ਮਿਲੂਗੀ ਤਾਂ 2-4 ਮਹੀਨਿਆਂ ਦੀ ਮਿਲਦੀ ਹੁੰਦੀ ਆ ਸਿਰਫ, ਇਹਦੇ ਵਾਸਤੇ ਕਿ ਅੱਗੇ ਬੰਦੇ ਨੂੰ ਕੰਪਨੀ ਕਿਤੇ LMI ਵਗੈਰਾ ਮਿਲ ਜੇ। ਤੇ ਆਪਾਂ ਗੱਲ ਕਰੀਏ ਦਲੇਰ, ਮੈਂ ਥੋੜੇ ਦਿਨਾਂ ਤੋਂ ਉਹਨੂੰ ਫੋਲੋ ਕਰ ਰਿਹਾ ਸੀ, ਜਿਹੜੀ ਉਹਨਾਂ ਦੀ ਪੂਲ ਲਿਸਟ ਹੈਗੀ ਜਿੱਥੇ ਉਹ ਡਰਾਅ ਕਰਦੇ ਨੇ PR ਦਾ, ਮੈਂ ਦੇਖਿਆ ਕਿ ਅੱਜ ਤੋਂ ਸ਼ਾਇਦ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਪਤਾ ਕੀ ਹੁੰਦਾ ਸੀ, 500 ਪੁਆਇੰਟ ਦੇ ਉੱਪਰ ਸਿਰਫ 3,000, 4,000 ਜਾਂ 5,000, ਕਈ ਵਾਰ ਤਾਂ 500 ਫਾਈਲ ਹੀ
ਸਕੂਲ ਦੇ ਵਿੱਚ ਫਾਈਲ ਪਾ ਰਹੇ ਸੀ ਜਿਹੜੇ ਬਿਲਕੁਲ ਕਿ 2020 ਜਦੋਂ ਇਹਨਾਂ ਨੇ ਖੋਲ੍ਹਤੇ ਨਾ ਵੀਜ਼ੇ, ਉਸ ਤੋਂ ਪਹਿਲਾਂ ਪਹਿਲਾਂ ਬੰਦੇ ਲਿਮਿਟਿਡ ਆਉਂਦੇ ਸੀ ਇੱਥੇ, ਤਾਂ ਉਹ ਬੰਦਿਆਂ ਦਾ ਐਕਸਪੀਰੀਅੰਸ ਪੂਰਾ ਹੁੰਦਾ ਗਿਆ ਤੇ ਉਹਨਾਂ ਦੀ ਫਾਈਲਾਂ ਪੂਲ 'ਚ ਪੈਂਦੀਆਂ ਗਈਆਂ। ਤੂੰ ਇੱਕ ਗੱਲ ਯਾਦ ਕਰ, ਜਦੋਂ ਇਹਨਾਂ ਨੇ 75 ਦਾ ਡਰਾਅ ਕੱਢਿਆ ਸੀ, ਉਹ ਡਰਾਅ ਤੋਂ ਬਾਅਦ 27,000 ਬੰਦਾ ਪੀਆਰ ਹੋਇਆ ਸੀ ਲਗਭਗ, ਸਿਰਫ 27,000 ਫਾਈਲ ਸੀ ਸਾਰੇ ਪੂਲ ਦੇ ਵਿੱਚ, ਹੈ ਨਾ। ਪਰ ਅੱਜ ਦੇ ਟਾਈਮ ਦੇ ਵਿੱਚ ਸਿਰਫ 500 ਪੁਆਇੰਟ ਤੋਂ ਉੱਪਰ ਹਰ ਹਫਤੇ ਲਗਭਗ 10,000 ਫਾਈਲ ਆ ਰਹੀ ਆ। ਪਿਛਲੇ ਹਫਤੇ 1,500 ਫਾਈਲ ਸੀ। ਮੈਂ ਹੁਣ ਦੇਖੀ ਹੁਣ ਦੇਖੀ ਆ ਇਹਨਾਂ ਦਾ ਡਰਾਅ ਆਇਆ 561, 561 ਕਿੰਨੇ ਬੰਦੇ ਚੱਕੇ ਨੇ, 6,000, 561 ਤੋਂ ਉੱਪਰ 6,000 ਬੰਦੇ। ਹੁਣ ਤੂੰ ਇਹ ਸੋਚ ਲੈ ਵੀ ਪੀ ਆਰ ਜਿਹੜਾ ਬੰਦਾ 12ਵੀਂ ਵਾਲਿਆ, ਉਹਨਾਂ ਦੇ ਪੁਆਇੰਟ ਕਿੰਨੇ ਹੋਣਗੇ, 350। ਬਹੁਤ ਸੋਹਣੇ ਬੈਂਡ ਲੈ ਲਏ, 777 ਲੈ ਲਏ, 450 ਹੋ ਗਏ, LMI ਲੈ ਲਈ 425 ਹੋ ਗਏ। ਪਰ ਇਹਨਾਂ ਦਾ ਡਰਾਅ ਮੈਂ ਨੀ ਕਹਿ ਰਿਹਾ, ਸ਼ਾਇਦ ਹੁਣ ਤਾਂ ਆਪਾਂ ਛੱਡੀਏ, ਅੱਜ ਤੋਂ 6 ਮਹੀਨੇ ਜਾਂ ਸਾਲ ਤੱਕ ਦੀ ਗੱਲ ਕਰੀਏ ਨਾ, ਕਦੇ ਵੀ ਕੋਈ ਡਰਾਅ 550 ਤੋਂ ਥੱਲੇ ਆਉਂਦਾ ਹੀ ਨਹੀਂ ਹੈਗਾ ਕਿ PR ਹੋ ਜੂਗੀ ਅੰਟਾਰੀਓ ਦੇ ਵਿੱਚ। LMI ਨਾਲ ਉਹਨਾਂ ਦੇ ਪੁਆਇੰਟ ਨਹੀਂ ਦਿੱਲੇ ਪੂਰੇ ਹੋ ਰਹੇ ਜਿਹੜੇ ਗ੍ਰੈਜੂਏਸ਼ਨ ਕਰਕੇ ਆਏ ਨੇ, ਉਹਨਾਂ ਦੇ 505, 510, 515 ਹੋ ਜਾਣਗੇ, LMI ਹੈ ਖਤਮ। ਦੂਜੇ ਨੰਬਰ ਤੇ LMI ਦਾ ਸਿਰਫ ਇਹ ਫਾਇਦਾ ਹੋਊਗਾ ਕਿ ਬੰਦਾ ਉਸ ਹੀ ਕੰਪਨੀ ਦੇ ਵਿੱਚ ਅੱਗੇ ਕੰਮ ਕਰ ਸਕਦਾ, ਉਹਨੂੰ ਉਹੀ ਕੰਪਨੀ ਵਰਕ ਪਰਮਿਟ ਦਵਾ ਸਕਦੀ ਹੈ ਜੇ LMI ਮਿਲੀ ਹੋਈ ਹੈ, ਠੀਕ ਆ। ਇਹ ਆਪਸ਼ਨ ਹੈਗੀ ਆ, ਪਰ PR ਕੱਟੀ ਗਈ LMI ਤੇ। ਦੂਜੀ ਆਪਸ਼ਨ ਹੁੰਦੀ ਆ PNP ਦੀ। ਅੱਜ ਦਿਨੇਰ ਮੈਂ ਬਰੈਂਪਟਨ 'ਚ ਬੈਠਾ, ਮੈਂ ਕਿਸੇ ਨੂੰ ਵੀ ਪੁੱਛਾਂ, ਉਹ ਬੰਦਾ ਪਤਾ ਕੀ ਕਹਿੰਦਾ, ਮੈਂ ਤਾਂ ਵਕੀਲ ਤੋਂ ਪੇਅਰੋਲ ਚਲਾਇਆ ਹੋਇਆ। ਕਿਹਦਾ? PNP ਸਕਿੱਲ ਜੋਬ ਦਾ, ਠੀਕ ਆ। ਜੇ ਉਹ ਸਕਿੱਲ, ਇੱਕ ਮਿੰਟ, ਉਹ PNP ਦੇ ਵਿੱਚ ਤਾਂ ਬੰਦੇ ਰੱਖਦੇ ਸੀ ਕਿਉਂਕਿ ਉਹਨਾਂ ਨੂੰ 700-800 ਹਜ਼ਾਰ 1,500 ਵੱਧ ਤੋਂ ਵੱਧ 5-5,000 ਤਾਂ ਕਦੇ ਮੋਸਟਲੀ ਹੋਇਆ ਨਹੀਂ ਹੈਗਾ ਕਿ 5,000 ਬੰਦਾ ਡਰਾਅ 2-3 ਮਹੀਨੇ ਬਾਅਦ ਕੱਢਦੇ ਸੀ PNP ਦੇ ਵਿੱਚ। ਪਰ ਜੇ ਹੁਣ 50,000 ਬੰਦੇ ਆ PNP 'ਚ ਕੰਮ ਕਰ ਰਹੇ ਨੇ, ਤਾਂ PNP 'ਚ ਕੰਮ ਨਹੀਂ ਕਰ ਰਹੇ, ਚਲੋ ਪੇਅਰੋਲ ਚੱਲਿਆ ਹੋਇਆ ਜਾਂ ਜਿਵੇਂ ਵੀ ਵਕੀਲਾਂ ਦਾ ਥਰੂ ਹੋਇਆ ਹੋਇਆ, ਤਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਹੋ ਪਾ ਕੇ ਹੁਣ ਉਹ ਡਰਾਅ 50,000 ਦੇ ਕਰ ਦੇਣਗੇ। ਜੇ ਉਹਨਾਂ ਨੇ 500 ਰੱਖਣਾ ਤਾਂ 500 ਹੀ ਰੱਖਣਗੇ ਉੱਪਰਲਾ, ਉਹ ਕਰੀਬ ਰੱਖਣਗੇ। ਉਹਨਾਂ ਨੂੰ ਇਹ ਨਹੀਂ ਹੈਗਾ ਕਿ PNP ਸਾਰੇ PNP 'ਚ ਲੱਗੇ ਨੇ ਤਾਂ ਸਾਰਿਆਂ ਦਾ ਸਕਿੱਲ ਵਾਲਿਆਂ ਦਾ ਅਸੀਂ PNP ਚੱਕ ਲਾਂਗੇ। 50-50,000 ਹੁਣ ਚੱਕ, ਗ੍ਰੈਜੂਏਸ਼ਨ ਵਾਲਿਆਂ ਦਾ ਖਤਮ ਆ, +2 ਵਾਲਿਆਂ ਦਾ ਤਾਂ ਕੋਈ ਫਾਇਦਾ ਹੈ ਹੀ ਨਹੀਂ। ਦੂਜੀ ਗੱਲ, ਜਿਹੜੇ ਬੰਦੇ ਵਿਨੀਪੈਗ ਜਾਂ ਹੋਰ ਪ੍ਰੋਵਿੰਸਾਂ 'ਚ ਜਾ ਰਹੇ ਸੀ, ਉੱਥੇ ਉਹਨਾਂ ਦਾ ਟਫ ਹੋ ਗਿਆ। ਜਿਵੇਂ ਸ਼ਾਇਦ ਇਹ ਵਿਨੀਪੈਗ ਦੀ ਗੱਲ ਆ, ਹਾਂ, ਉੱਥੇ ਕੁਛ ਸ਼ਾਇਦ 200 ਪੁਆਇੰਟ ਹੁੰਦਾ ਸੀ, ਉਹ ਇਹਨਾਂ ਦਾ ਕੱਟ ਕਰਤਾ ਬਾਹਰਲੇ ਸਟੂਡੈਂਟ, ਮਤਲਬ ਬਾਹਰਲੇ ਸਟੂਡੈਂਟ ਦਾ ਮਤਲਬ ਆ ਕਿਸੇ ਹੋਰ ਪ੍ਰੋਵਿੰਸ, ਜਿਹੜੇ ਅੰਟਾਰੀਓ ਜਾਂ BC ਤੋਂ ਸਟੱਡੀ ਕਰਕੇ BC ਉੱਧਰ ਮੂਵ ਹੋ ਰਹੇ ਨੇ, ਵਿਨੀਪੈਗ ਉਹਨਾਂ ਨੂੰ 200 ਪੁਆਇੰਟ ਮਿਲਦਾ ਹੁੰਦਾ ਸੀ ਪਹਿਲਾਂ ਕਿਸੇ ਚੀਜ਼ ਦਾ, ਤੇ ਉਹਨਾਂ ਨੇ ਉਹ ਕੱਟ ਕਰਤਾ। ਹੁਣ ਉਹਨਾਂ ਦੇ ਉੱਥੇ ਵੀ ਪੁਆਇੰਟ ਨਹੀਂ ਪੂਰੇ ਹੁੰਦੇ ਹੈਗੇ ਕਿਉਂਕਿ ਡਰਾਅ ਹੀ ਨਹੀਂ ਆਉਂਦਾ ਹੈਗਾ, ਡਰਾਅ ਆਉਂਦਾ ਤਾਂ ਬਹੁਤ ਹਾਈ ਹੁੰਦਾ ਉਹਦਾ ਨੰਬਰ। ਤੇ ਹੁਣ ਉੱਧਰ ਹੀ ਉੱਧਰ ਦੀਆਂ ਪ੍ਰੋਵਿੰਸਾਂ ਦੇ ਵਿੱਚ ਵੀ PR ਲੈਣੀ ਸੌਖੀ ਨਹੀਂ ਹੈਗੀ, ਉਹ ਦਿਨੋ ਦਿਨ ਔਖਾ ਕਰ ਰਹੇ ਨੇ ਕਿਉਂਕਿ 2020 ਤੋਂ ਪਹਿਲਾਂ ਦਲੇਰ ਬਹੁਤ ਲਿਮਿਟਡ ਬੰਦੇ ਸੀ ਜਿਨ੍ਹਾਂ ਦੀ ਫਾਈਲ ਪੂਲ 'ਚ ਪੈ ਰਹੀ ਸੀ, ਚਾਹੇ ਇੱਥੇ ਲਾ ਲਓ ਚਾਹੇ ਹੋਰ ਸਟੇਟਾਂ 'ਚ ਲਾ ਲਓ। ਪਰ 2020 ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਸਿੱਧਾ ਬੋਲ ਕੇ ਦੱਸਿਆ ਕਿ ਅਸੀਂ 5 ਲੱਖ ਬੰਦਾ ਸਾਲ ਦੂਰ, 5-5 ਲੱਖ ਤੁਸੀਂ ਹਰੇਕ ਸਾਲ ਦੇ ਵਿੱਚ ਬੰਦਾ, ਜੇ ਉਹਨਾਂ ਦੇ ਕਹਿਣ 'ਤੇ ਲਾ ਲਓ, ਚਲੋ ਆਪਾਂ ਘੱਟ ਤੋਂ ਘੱਟ ਲੱਖ ਲਾ ਕੇ ਵੀ ਚੱਲੀਏ, ਤਿੰਨ ਪਿਛਲੇ 3 ਸਾਲਾਂ 3 ਲੱਖ ਆ, 2.5 ਲੱਖ ਤਾਂ ਇਸ ਟਾਈਮ ਫਾਈਲ ਪਈ ਆ ਪੂਲ ਦੇ ਵਿੱਚ, ਤਾਂ ਲਗਭਗ 4-5 ਲੱਖ ਫਾਈਲ ਹੋਰ ਪੈ ਜਾਣੀਆਂ ਪੂਲ ਦੇ ਵਿੱਚ, ਇੱਥੇ ਲਾ ਲਓ ਜੇ ਹੋਰ ਸਟੇਟਾਂ 'ਚ ਲਾ ਲਓ। ਬੰਦੇ ਤਾਂ ਉਹਨਾਂ ਨੇ ਉਹੀ ਰੱਖਣੇ ਨੇ ਹਰੇਕ ਮਹੀਨੇ 400-500 ਜਾਂ 1,500 ਜਾਂ 2,000, ਲਗਭਗ 3 ਲੱਖ ਬੰਦਾ ਮੈਨੂੰ ਲੱਗਦਾ ਹਰ ਸਮੈਸਟਰ, ਮਤਲਬ 2 ਲੱਖ ਬੰਦਾ ਦਾ ਮਤਲਬ ਹਰ ਸਮੈਸਟਰ ਆ ਜਾਂਦਾ ਹੈਗਾ, ਜੇ ਆਪਾਂ ਘੱਟ ਤੋਂ ਘੱਟ ਵੀ ਮੰਨੀ ਹੈ। ਤੂੰ ਐਂ ਦੇਖ ਲਾ ਵੀ ਅਗਲੇ ਸਾਲ ਜੇ ਆਪਾਂ ਪੂਲ ਦੇਖਾਂਗੇ, ਹੁਣ ਪੂਲ 'ਚ 2.5 ਲੱਖ ਫਾਈਲ ਪਈ ਆ ਇਸ ਟਾਈਮ, ਰਾਈਟ ਹੋਵੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਮੈਂ ਕਹਿੰਦਾ ਅਗਲੇ ਸਾਲ ਉਹ ਪੂਲ ਦੇ ਵਿੱਚ 7-8 ਲੱਖ ਫਾਈਲ ਪਈ ਹੋਊਗੀ। 7-8 ਲੱਖ ਬੰਦਾ PR ਕਰਨਾ ਸੌਖਾ ਕਰਨਾ ਹੀ ਨਹੀਂ ਉਹਨਾਂ ਨੇ, ਮਤਲਬ ਨਹੀਂ ਸਟਾਫ ਹੀ ਹੈ ਨਹੀਂ ਇਹਨਾਂ ਤੇ, ਇਹਨਾਂ ਲਵੇ ਇਹਨਾਂ ਲਵੇ ਆਪਾਂ ਨੂੰ ਪਤਾ ERTC ਕੋਲ ਕਿੰਨਾ ਸਟਾਫ ਆ, ਬਹੁਤ ਘੱਟ ਸਟਾਫ ਹੈ ਨਾ ਲਵੇ ਜਿਹੜਾ PR ਗ੍ਰਾਂਟ ਕਰਦੇ ਨੇ। ਇਸ ਹਿਸਾਬ ਨਾਲ ਤਾਂ ਫਾਈਲਾਂ 3-3 ਸਾਲ 4-4 ਸਾਲ ਅਟਕੀ ਜਾਣਗੀਆਂ। ਵਰਕ ਪਰਮਿਟ ਇਹਨਾਂ ਨੇ ਐਕਸਟੈਂਸ਼ਨ ਦੇਣੀ ਨਹੀਂ, ਲੈ ਦੇ ਕੇ ਬੰਦੇ ਨੂੰ ਕਲੋਜ਼ਡ ਵਰਕ ਪਰਮਿਟ ਵਾਸਤੇ ਮਜਬੂਰ ਹੋਣਾ ਹੀ ਪਊਗਾ, ਕਲੋਜ਼ਡ ਵਰਕ ਪਰਮਿਟ ਲੈਣਾ ਪਊਗਾ, ਹੋਰ ਕੋਈ ਆਪਸ਼ਨ ਨਹੀਂ ਉਹਦੇ ਕੋਲ ਹੋਣੀ। ਉਹੀ ਗੱਲ ਹਰੇਕ ਨੂੰ ਮਿਲਦਾ ਨਹੀਂ ਗਾ, ਲੈ ਦੇ ਕੇ ਬੰਦੇ ਇੱਕ ਗੱਲ ਕਰ ਰਹੇ ਨੇ ਵੀ ਪੜ੍ਹੋ ਕਮਾਓ ਤੇ ਲੰਘੋ, ਮਤਲਬ ਹੌਲੀ ਹੌਲੀ ਤਾਂ ਇਹਨਾਂ ਨੇ ਇਹੀ ਇਹੀ ਮਨਸੂਬੇ ਨੇ। ਤੇ ਜੇ ਸਰਕਾਰ ਬਦਲ ਗਈ, ਸਰਕਾਰ ਥੋੜੀ ਜਿਹੀ ਆਪਾਂ ਨੂੰ ਪਤਾ ਟਫ ਆਊਗੀ, ਤੇ ਕਿਉਂਕਿ ਉਹਨਾਂ ਨੂੰ ਸਖ਼ਤ ਐਕਸ਼ਨ ਲੈਣੇ ਪੈਣਗੇ ਆਪਦੇ ਸਿਟੀਜ਼ਨਾਂ ਨੂੰ ਖੁਸ਼ ਕਰਨ ਵਾਸਤੇ, ਥੋੜੀ ਜਿਹੀ ਇਕਾਨਮੀ ਨੂੰ ਸਟੇਬਲ ਕਰਨ ਵਾਸਤੇ। ਜੇ ਅੱਜ ਉਹਨਾਂ ਨੇ ਸਖ਼ਤ ਐਕਸ਼ਨ ਨਾ ਲਏ ਤਾਂ ਇਹਨਾਂ ਨੂੰ ਅੱਗੇ ਜਾ ਕੇ ਨੁਕਸਾਨ ਹੋਊਗਾ। ਤੇ ਬਾਕੀ ਇੱਕ ਆਪਸ਼ਨ ਹੋਰ ਆ, ਫਿਰ ਅਮਰੀਕਾ ਟੱਪਣਗੇ ਆਪਣੇ ਵਾਲੇ, ਬਹੁਤ ਰਿਫਿਊਜੀ ਬਹੁਤ ਲੱਗ ਜਾਣਗੇ। ਤੇ ਪਰ ਇੱਕ ਗੱਲ ਹੋਰ ਆ, ਰਿਫਿਊਜੀ ਵੀ ਇਹ ਉਹਨਾਂ ਨੂੰ ਪਹਿਲ ਦੇ ਰਹੇ ਨੇ ਯੂਕਰੇਨ ਵਾਲਿਆਂ ਨੂੰ,
ਤੇ ਸਹੀ ਹਾਂ ਅਫਗਾਨਿਸਤਾਨ ਵਾਲਿਆਂ ਨੂੰ ਉਦੋਂ ਪਹਿਲ ਦਿੱਤੀ ਸਹੀ ਸੀਗੀ, ਇਹ ਗੱਲ ਆ, ਜਿਹੜੇ ਸਹੀ ਗੱਲ ਆ, ਉੱਥੇ ਜਾ ਕੇ ਰਿਫਿਊਜੀ ਲਾਉਣਗੇ ਉੱਥੇ ਇਹਨਾਂ ਨੇ ਪਹਿਲ ਨਹੀਂ ਦੇਣੀ ਹੈਗੀ, ਉੱਥੇ ਇਹਨਾਂ ਨੇ ਤੰਗ ਲਟਕਾਉਣਾ ਇਹਨਾਂ ਨੂੰ ਵੀ ਬਹੁਤ ਭੈੜਾ ਹੈਗਾ। ਅਮਰੀਕਾ 'ਚ ਰਿਫਿਊਜੀ ਲੱਗਿਆ ਮੈਨੂੰ ਲੱਗਦਾ ਬਿਲਕੁਲ 5 ਸਾਲ 'ਚ ਲੋਟ ਆ ਉਹੀ ਜਾਂਦਾ। ਉਹੀ ਅਗਲੇ ਜਦੋਂ ਹੁਣ ਇਹਨਾਂ ਨੇ ਤਾਂ ਅਨਾਉਂਸ ਕਰਤਾ ਜਿਹੜਾ ਹੈਗਾ ਨਾ ਇਮੀਗ੍ਰੇਸ਼ਨ ਮਿਨਿਸਟਰ, ਉਹਨੇ ਅਨਾਉਂਸ ਕਰਤਾ ਕਿ ਸਟੂਡੈਂਟਾਂ ਦੀ PR ਦੀ ਗਰੰਟੀ ਅਸੀਂ ਨਹੀਂ ਲੈਂਦੇ। ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕਿਹਾ? ਉਹਨਾਂ ਨੇ ਹੁਣੇ ਪਤਾ ਕਿਉਂ ਕਿਹਾ? ਕਿਉਂਕਿ ਉਹਨਾਂ ਕੋਲ ਗ੍ਰਾਫ ਹੈਗਾ, ਜਿਹੜੇ ਮਿਲੀਅਨ ਸਟੂਡੈਂਟ ਆਏ ਨੇ ਪਿਛਲੇ 3 ਸਾਲਾਂ ਦੇ ਵਿੱਚ, ਉਹਨਾਂ ਨੂੰ ਪਤਾ ਕਿ ਇਹਦਾ ਹੀਲਾ ਹੋ ਨਹੀਂ ਸਕਦਾ। ਇਸ ਤੋਂ ਪਹਿਲਾਂ ਕਿ ਉਹ ਬੰਦੇ ਕਹਿਣ ਕਿ ਹਾਂ ਧਰਨੇ ਲਾਉਣਾ, ਇਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਕਿ ਜਿਹੜੇ ਅਗਲੇ ਸਾਲ ਜਾਂ 6 ਮਹੀਨੇ ਬਾਅਦ ਕੋਈ ਛੋਟਾ ਆਏ ਨੇ ਤਾਂ ਵੀ ਪ੍ਰੋਟੈਸਟ ਪ੍ਰੋਟੈਸਟ ਪੰਜਾਬੀ ਕਰਦੇ ਨੇ, ਬਹੁਤ ਕੀਤੇ ਨੇ, ਲਗਭਗ ਹਰੇਕ 2 ਮਹੀਨੇ ਬਾਅਦ ਕੋਈ ਨਾ ਕੋਈ ਪ੍ਰੋਟੈਸਟ ਹੁੰਦਾ। ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰਤਾ ਕਿ ਅਸੀਂ PR ਦੀ ਤੁਹਾਡੀ ਗਰੰਟੀ ਲੈਂਦੇ ਨਹੀਂ, ਮੰਨਿਆ ਕਿ ਉਹ ਆਲਰੇਡੀ ਪੇਪਰ ਤੇ ਹੈਗਾ, ਪਰ ਮੂੰਹੋਂ ਬੋਲ ਕੇ ਉਹਨਾਂ ਨੇ ਪੂਰੇ ਵਰਲਡ ਨੂੰ ਦੱਸਤਾ ਕਿ ਅਸੀਂ PR ਦੀ ਕੋਈ ਗਰੰਟੀ ਨਹੀਂ ਲੈਂਦੇ ਹੈਗੇ। ਹੁਣ ਚਾਹੇ ਸਟੂਡੈਂਟ ਨੇ ਪ੍ਰੋਟੈਸਟ ਲਾਉਣਾ, ਉੱਥੇ ਉਹ ਗੱਲ ਹੀ ਉਹ ਵੀਡੀਓ ਦੁਬਾਰੇ ਦੁਬਾਰੇ ਰਿਪੀਟ ਕਰੂਗੀ, ਹਰੇਕ ਚੈਨਲ ਤੇ ਉਹੀ ਵੀਡੀਓ ਆਊਗੀ ਕਿ ਉਹਨਾਂ ਨੇ ਪਹਿਲਾਂ ਕਿਹਾ ਸੀ PR, ਤੁਸੀਂ PR ਵਾਸਤੇ ਕਿਉਂ ਧਰਨੇ ਲਾ ਰਹੇ ਹੋ ਬਾਈ ਇੱਥੇ? ਠੀਕ ਹੈ, ਉਹਨਾਂ ਨੇ PR ਨਹੀਂ ਦੇਣੀ, ਉਹਨਾਂ ਨੇ ਝੁੱਗਾ ਚੱਕਤਾ। ਪਿੱਛੇ ਜੇ ਨਾ ਰਣਵੀਰ ਸਟੂਡੈਂਟ ਦੇ ਡਿਪੋਰਟ ਹੋ ਰਹੇ ਤੇ ਆਪਣੇ ਨੇ ਧਰਨਾ ਲਾਇਆ, ਆਪਣੇ ਸਿਟੀਜ਼ਨਸ ਨੇ ਵੀ ਸਪੋਰਟ ਕੀਤੀ ਕਿਉਂਕਿ ਉਹਨਾਂ ਨਾਲ ਧੱਕਾ ਹੋ ਰਿਹਾ ਸੀ, ਉਹ ਧਰਨਾ ਤਾਂ ਕਾਮਯਾਬ ਹੋ ਇਹ ਤਾਂ ਗਿਆ। ਹੋਣਾ ਹੀ ਨਹੀਂ, ਠੀਕ ਹੈ, ਇਹ ਤਾਂ ਸਿਰ ਆ ਪੈ ਧਰਨਾ ਤਾਂ ਮੈਂ ਕਹਿੰਦਾ ਕਿਸੇ ਹੱਦ 'ਚ ਕਾਮਯਾਬ ਵੀ ਨਹੀਂ ਹੋ ਸਕਦਾ ਜੇ ਕੱਲ ਨੂੰ ਲੱਗੇ। ਉੱਥੇ ਸਪੋਰਟ ਤਾਂ ਕੀਤੀ ਸੀ ਕਿਉਂਕਿ ਗਲਤ ਹੋ ਰਿਹਾ ਸੀ, ਸਿਟੀਜ਼ਨ ਛੱਡ ਯਾਰ, ਕੋਈ PR ਤੱਕ ਵੀ ਨਹੀਂ ਸਪੋਰਟ ਕਰਨਾ ਕਿਸੇ ਨੇ ਹੁਣ ਚੀਜ਼ ਨੂੰ, ਸਹੀ ਗੱਲ ਹੈ। ਬਾਕੀ ਕੰਮ ਕਿਸੇ ਲਈ ਵੀ ਨਹੀਂ ਹੈਗਾ, ਟਾਈਮ ਨਹੀਂ ਹੈਗਾ ਕਿਸੇ ਲਈ ਵੀ ਓਨਾ ਵੀ ਉੱਥੇ ਤੱਕ ਖਿੱਚਾ ਆ ਸਕੇ। ਟਾਈਮ ਵੀ ਬੰਦਾ ਉੱਥੇ ਹੀ ਕੱਢਦਾ ਜਿੱਥੇ ਕਿਸੇ ਨਾਲ ਧੱਕਾ ਹੋ ਰਿਹਾ ਹੋਵੇ, ਉੱਥੇ ਬੰਦੇ ਨੂੰ ਚੱਲ ਕੱਢ ਲੈਂਦਾ, ਚੱਲ ਕੋਈ ਨਹੀਂ, ਕਦਾ ਬੰਦਾ ਪਹੁੰਚ ਜਾਂਦਾ ਠੀਕ ਹੈ ਵੀ ਹਊਆ ਬਣ ਰਿਹਾ ਉਹ ਚੀਜ਼ ਦਾ, ਪਰ ਇਹ ਚੀਜ਼ ਦਾ ਜੇ ਹਊਆ ਬਣ ਵੀ ਗਿਆ ਨਾ ਕਿਸੇ ਨੇ ਟਾਈਮ ਵੀ ਨਹੀਂ ਕੱਢਣਾ ਹੈਗਾ, ਇੱਥੇ ਤੱਕ ਮਜਬੂਰ ਹੋ ਜਾਣਗੇ ਸਾਰੇ। ਤੇ ਚਲੋ ਬਾਕੀ ਦੇਖੋ ਹਨਾ ਕੀ ਬਣਦਾ, ਪਰ ਕਹਿੰਦੇ ਚਲੋ ਹਰੇਕ ਦੇ ਸੁਪਨੇ ਪੂਰੇ ਹੋਣ ਹਨਾ, ਜੋ ਵੀ ਸੁਪਨਾ ਜੋ ਲੈ ਪੈਸੇ ਕਮਾਓ, ਪਰ ਆਪਾਂ ਪੈਸੇ ਕਮਾਓ ਦੇਖ ਗੱਲ ਫੇਰ ਖੈਦੀ ਹੈ ਭਾਈ, ਜੋ ਚੱਲਦੀਆਂ ਪਰ ਉਹ ਜਿਵੇਂ ਕੱਲ ਪਰਸੋਂ ਮੈਂ ਇੱਕ ਬੰਦੇ ਦੇ ਦਲੇਰ ਮੈਂ ਵੀਡੀਓ ਦੇਖੀ ਸੀ, ਜਿਵੇਂ ਉਹਦਾ ਉਹਦਾ ਕਰਨ ਅਰਜੈਂਟੀਨਾ ਦਾ ਗਾਣਾ ਨਹੀਂ ਆਇਆ ਹੈਗਾ ਘਰ ਪਰ, ਤੇ ਉਹ ਬੰਦਾ ਕਹਿੰਦਾ ਭਾਈ ਮੇਰੇ ਤੋਂ ਤਾਂ ਕਹਿੰਦਾ ਟਰੰਕ ਨਹੀਂ ਭਰਿਆ ਗਿਆ ਹੈਗਾ, ਕਹਿੰਦਾ ਘਰ ਕਿੱਥੋਂ ਭਰਤੇ, ਕਹਿੰਦਾ ਸੀ ਤੇ ਉਹ ਜੇ ਸਟੂਡੈਂਟ ਗਏ ਨੇ 100 ਦੇ ਵਿੱਚੋਂ, ਤੁਸੀਂ 100 ਬੰਦੇ ਨੂੰ ਪੁੱਛੋਗੇ 100 ਦੇ ਵਿੱਚੋਂ 98 ਬੰਦੇ ਕਹਿਣਗੇ ਕਿ ਸਾਡੇ ਤੋਂ ਸਾਡਾ ਬਟੂਆ ਨਹੀਂ ਭਰਿਆ ਜਾ ਰਿਹਾ ਹੈਗਾ, ਟਰੰਕ ਵੀ ਕਿੱਥੋਂ ਭਰਿਆ ਜਾਊ, ਘਰ ਤਾਂ ਬਾਅਦ ਦੀ ਗੱਲ ਆ। 2-4 ਬੰਦੇ ਹੁੰਦੇ ਨੇ, ਕਈਆਂ ਦਾ ਹੋ ਜਾਂਦਾ, ਬਹੁਤ ਸਾਰਿਆਂ ਦਾ ਹਨਾ, ਕਈਆਂ ਦਾ ਤੁੱਕਾ ਲੱਗ ਜਾਂਦਾ, ਕਈ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ, ਕਿਸੇ ਵੀ ਤਰੀਕੇ ਨਾਲ ਹੋ ਜਾਂਦਾ। ਬੜੇ ਸੋਹਣੇ ਕਲਾਕਾਰ ਨੇ ਯਾਰ, ਬੜੇ ਵਧੀਆ ਗਾਣੇ ਲਿਖਦੇ ਨੇਗੇ, ਪਰ ਇਹ ਥੋੜ੍ਹਾ ਜਿਹਾ ਸਟੈਂਡ ਤੇ ਤਾਂ ਰਿਹਾ ਕਰਨੀ ਯਾਰ, ਇੱਕ ਪਾਸੇ ਕਹਿੰਦੇ ਨੇਗੇ ਵੀ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ, ਇੱਕ ਪਾਸੇ ਕਹਿੰਦੇ ਨੇ ਘਰ ਭਰ ਤੇ ਉਹ ਚੀਜ਼ਾਂ, ਚਲੋ ਠੀਕ ਹੈ, ਲੋਟ ਹੈ ਤੁਹਾਡੇ ਹਿਸਾਬ ਨਾਲ ਲੋਟ ਹੈ, ਤੁਹਾਡੇ ਸਾਰੇ ਆਡੀਅੰਸ ਖੁਸ਼ ਕਰਨੀ ਹੈ, ਤੁਹਾਡੇ ਬਾਹਰ ਦੀ ਆਡੀਅੰਸ ਵੀ ਖੁਸ਼ ਕਰਨੀ ਹੈ, ਤੁਹਾਡੇ ਪੰਜਾਬ ਦੀ ਆਡੀਅੰਸ ਵੀ ਖੁਸ਼ ਕਰਨੀ ਹੈ, ਤੁਹਾਡੇ ਉਹ ਬੰਦੇ ਵੀ ਖੁਸ਼ ਕਰਨੇ ਨੇ ਜਿਹੜੇ ਮੁੜਨਾ ਚਾਹੁੰਦੇ ਨੇ, ਤੁਹਾਡੇ ਉਹ ਬੰਦੇ ਵੀ ਖੁਸ਼ ਕਰਨੇ ਨੇ ਜਿਹੜੇ ਨਹੀਂ ਮੁੜਨਾ ਚਾਹੁੰਦੇ। ਹਾਂ ਨਾ, ਮੈਂ ਤਾਂ ਯੂਟਿਊਬ ਦਾ ਮੇਰਾ ਆਇਆ, ਮੈਂ ਪਿਛਲੇ ਸਾਲ ਦੇ ਵਿੱਚ ਸੁਣਿਆ ਹੀ ਅਰਜਨਟਿਲ ਹੋਇਆ ਸਭ ਤੋਂ ਵੱਧ, ਟੌਪ ਸਿੰਗਰ ਉਹੀ ਸੀ, ਮੇਰਾ ਆਰਟਿਸਟ ਉਹੀ ਸੀ। ਮੈਂ ਤਾਂ ਵੀ ਮੈਂ ਹੁਣ ਵੀ ਸੁਣਦਾ ਅਰਜਨ, ਅਰਜਨ ਹੀ ਸੁਣੀਦਾ ਆਪਾਂ ਨੇ, ਪਰ ਕਿਤੇ ਨਾ ਕਿਤੇ ਸਟੈਂਡ ਕਲੀਅਰ ਕਰੋ ਭਾਈ ਵੀ ਤੁਸੀਂ ਕੀ ਚਾਹੁੰਦੇ ਹੋ ਕੀ ਨਾ। ਸਾਰੇ ਸਿੰਗਰਾਂ ਦੀ ਆਪਾਂ ਗੱਲ ਲਾਈਏ, ਪੰਜਾਬੀ ਸਿੰਗਰਾਂ ਦੀ, ਹੁਣ ਦੀ ਗੱਲ ਨਹੀਂ, ਅੱਜ ਤੋਂ 5-7 ਸਾਲ ਪਹਿਲਾਂ ਸਟਾਰਟ ਹੀ ਕੈਨੇਡਾ ਉੱਥੋਂ ਹੋਇਆ। ਕੈਨੇਡਾ ਕਿੰਨਾ ਸੋਹਣਾ, ਹਰੇਕ ਗਾਣੇ ਦੀ ਵੀਡੀਓ ਬਾਹਰ ਹੀ ਸ਼ੂਟ ਹੁੰਦੀ ਆ, ਕੈਨੇਡਾ ਕਿੰਨਾ ਸੋਹਣਾ, ਉੱਥੇ ਚੱਲਦੇ ਆ, ਉੱਥੇ HD ਮੌਸਮ, ਉੱਥੇ ਸਫਾਈ ਕਿੰਨੀ ਆ। ਵੀਰ ਅੱਜ ਤੋਂ ਮੈਨੂੰ ਐ ਲੱਗਦਾ 10-12 ਸਾਲ ਹੋ ਗਿਆ ਗਾਣਾ ਇਹ ਸੋਹਣ, ਅੱਗੇ ਰੱਬ ਦੀ ਵਿਸ਼ਨ ਕੋਰੇ ਸਾਨੂੰ ਮਹਿੰਗਾ ਪਿਆ ਕੈਨੇਡਾ, ਉਹ ਲੋਕ ਉਹ ਨਹੀਂ ਕਹਿਣਾ ਕਰਦੇ, ਲੋਕ ਸਮਝਦੇ ਨਹੀਂ ਉਹ ਚੀਜ਼ਾਂ ਨੂੰ, ਉਹ ਚੀਜ਼ਾਂ ਤੋਂ ਲੋਕਾਂ ਨੇ ਬਸ ਇੱਕ ਚੀਜ਼ ਸਿੱਖੀ ਹੈ ਵੀ ਬੇਰ ਤੋੜਨੇ ਪੈਂਦੇ ਨੇ ਉੱਥੇ, ਅੱਜ ਤੱਕ ਵੇਰ ਚੱਲੀ ਜਾਂਦੇ ਨੇ, ਠੀਕ ਹੈ ਥੋੜਾ ਜਿਹਾ ਇਹ ਗਾਣੇ ਮੈਟਰ ਕਰਦੇ ਨੇ, ਗਾਣੇ ਬਹੁਤ ਵੱਡੇ ਲੈਵਲ ਤੱਕ ਮੈਟਰ ਕਰਦੇ ਨੇ, ਤੇ ਇਹਨਾਂ ਨੂੰ ਬਿਲਕੁਲ ਠੀਕ ਹੈ, ਕਾਰ ਕਰਨ ਦੀ ਮਜਬੂਰੀਆਂ ਹੁੰਦੀਆਂ ਨੇ ਵੀ ਠੀਕ ਹੈ, ਇਹਨਾਂ ਨੂੰ ਉਸ ਪੱਖੋਂ ਵੀ ਗਾਉਣਾ ਪੈਂਦਾ ਵੀ ਹਾਂ ਯਾਰ ਤੁਸੀਂ ਉਧਰਲਾ ਤਾਂ ਗਾਈ ਜਾਂਦੇ, ਇਧਰਲਾ ਵੀ ਗਾਓ, ਉਸ ਹਿਸਾਬ ਨਾਲ ਵੀ ਗੱਲ ਕਰੋ ਥੋੜੀ ਜਿਹੀ। ਗੱਲ ਤਾਂ ਯਾਰ ਦਲੇਰ ਉਦੋਂ ਚਾਹੇ ਆਪਣੇ ਵਾਰਿਸ ਭਰਾ ਜਿਹੜੇ ਹੈਗੇ ਸੀ ਨਾ, ਮਨਮੋਹਨ ਵਾਰਿਸ ਕਮਲੀ, ਉਹ ਬਾਹਰ ਆਏ ਸੀ, ਪਰ ਉਹ ਗੱਲਾਂ ਪੰਜਾਬ ਦੀਆਂ ਕਰਦੇ ਹੁੰਦੇ ਸੀ ਨਾ, ਇੰਡੀਆ ਤੋਂ ਆਇਆ ਸੀ, ਕੱਲ ਫੋਨ ਯਾਰ ਦਾ, ਮਤਲਬ ਉਹ ਪੰਜਾਬ ਦੀ ਗੱਲਾਂ ਕਰਦੇ ਨੇ, ਅੱਜ ਵੀ ਗੱਲਾਂ ਪੰਜਾਬੀ ਕਰਦੇ ਨੇ ਆਪਾਂ ਦੇਖਿਆ, ਉਹ ਚੱਲ ਵੀ ਉੱਧਰ ਵੀ ਕਰਦੇ ਨੇ, ਉਹਨਾਂ ਨੇ ਮਤਲਬ ਕਦੇ ਏਦਾਂ ਦਾ ਤੇ ਹੁਣ ਉਹ ਵੀ ਮਜਬੂਰ ਨੇ ਜਿਹੜੇ ਸਿੰਗਰ ਸੁੰਗਰ ਹੋ ਗਏ ਨਾ, ਆਪਣੇ ਲੋਕਾਂ ਨੇ ਦੇਖਣੀ ਨਹੀਂ ਹੈਗੀ ਚੀਜ਼, ਉਹ ਚੰਗੀ ਚੀਜ਼ ਤਾਂ। ਹੁਣ ਜਿਵੇਂ ਇਹਨੇ ਮੈਂ ਪਿੰਡੂ ਕੈਨੇਡੀਅਨ ਦੀ ਹੁਣੇ ਹੁਣੇ ਵੀਡੀਓ ਦੇਖ ਕੇ ਹਟਿਆ, ਥੋੜੇ ਚਿਰ ਪਹਿਲਾਂ ਕੋਈ ਵੀਡੀਓ ਆਈ ਹੋਈ ਸੀ ਉਹਦੀ, ਕਿ ਉਹ ਬੰਦਾ ਕਹਿੰਦਾ ਕਿ ਮੈਂ ਜਦੋਂ ਕਿਸੇ ਕਿਸੇ ਦੀ ਹੈਲਪ, ਕਿਸੇ ਕਪਲ ਦੀ, ਜਿਹੜੀ ਕਪਲ ਥੋੜਾ ਵਾਇਰਲ ਹੀ ਹੋ ਰਿਹਾ ਸੀ ਕਿ ਉਹਨਾਂ ਕੋਲ ਘਰ ਨਹੀਂ ਕਰਨ ਵਾਸਤੇ, ਕਪਲ ਨੂੰ ਘਰ ਦਬਾਉਣ ਵਾਸਤੇ ਉਹਨੇ ਗੋ ਫੰਡ ਦੇ ਵਿੱਚ ਕੁਛ 53,000 ਇਕੱਠੇ ਹੋ ਗਏ,
ਲੋਕਾਂ ਨੇ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰਤੀ ਕਿ ਹਾਂ ਤੂੰ ਆਪਦੇ ਵਾਸਤੇ ਪੈਸੇ ਇਕੱਠੀ ਜਾ ਰਹੇ ਨੇ ਉਹਨਾਂ ਦੇ ਨਾਮ ਤੇ, ਉਹ ਬੰਦਾ ਕਹਿੰਦਾ ਕਿ ਉਹਨੇ ਜਵਾਬ ਦੇ ਘੰਟ ਤੋਂ ਵੱਧ ਤਾਂ ਮੈਂ ਕਹਿੰਦਾ ਕਿਸੇ ਦੀ ਹੈਲਪ ਕਰਦਾ ਹੀ ਨਹੀਂ, ਜੇ ਕੋਈ ਬੰਦਾ ਮੈਨੂੰ ਫੋਨ ਕਰੂਗਾ ਨਾ ਕਿ ਉਹ ਬੰਦੇ ਨੂੰ ਘਰ ਦੀ ਲੋੜ ਆ, ਮੈਂ ਤਾਂ ਲੈਟਰ ਇੱਥੇ ਨੰਬਰ ਪਾ ਦਿਓ ਇੰਸਟਾਗ੍ਰਾਮ ਤੇ, ਜਿਹਨੇ ਹੈਲਪ ਕਰਨੀ ਹੋਈ ਆਪੇ ਕਰ ਦਿਓ। ਮਤਲਬ ਦੇਖ ਮੈਂ ਤੇਰੇ ਸਾਹਮਣੇ ਆਪਾਂ ਗੱਲਾਂ ਕਰਦੇ ਹੁੰਦੇ ਹਾਂ ਨਾ, ਮੈਂ ਕਿਸੇ ਦਾ ਕੋਈ ਕੱਟੜ ਸਪੋਰਟਰ ਨਹੀਂ ਹੈਗਾ, ਮੈਂ ਕਈ ਗੱਲਾਂ ਤੇ ਜਿਹੜੀ ਚੰਗੀਆਂ ਨੇ ਚੰਗੀਆਂ ਕਹਿਣਾ, ਉਹਨਾਂ ਨੂੰ ਮਾੜੀਆਂ ਨੇ ਮਾੜੀਆਂ ਕਹਿਣਾ ਹਨਾ। ਇੱਕ ਵਾਰ ਮੈਂ ਤੁਹਾਨੂੰ ਦੱਸਾਂ, ਮੈਂ ਆਪਦੇ ਵੀ ਕਿਸੇ ਰੀਜ਼ਨ ਕਰਕੇ ਮੈਨੂੰ ਮੈਸੇਜ ਕੀਤਾ ਸੀ, ਉਹਦਾ ਉਹਨੇ ਰਿਪਲਾਈ ਮੈਸੇਜ ਸੀਨ ਕਰਕੇ ਛੱਡਤਾ, 3-4 ਦਿਨਾਂ ਬਾਅਦ ਉਹ ਵੀ ਮੈਸੇਜ ਆਇਆ ਸੀਗਾ। ਪਰ ਮੈਨੂੰ ਅੱਜ ਉਹਦੀ ਵੀਡੀਓ ਦੇਖ ਕੇ ਸੱਚੀ ਇਹ ਫੀਲ ਹੋਇਆ ਕਿ ਲੋਕਾਂ ਨੂੰ ਮਤਲਬ ਕੋਈ ਗੱਲ ਹਜਮ ਨਹੀਂ ਹੁੰਦੀ ਹੈਗੀ, ਨਾ ਉਹਨਾਂ ਨੇ ਕੋਈ ਚੰਗੀ ਚੀਜ਼ ਤਾਂ ਦੇਖਣੀ ਹੋਣੀ ਹੈਗੀ, ਕੋਈ ਮਾੜੀ ਹੋ ਜਾਏ ਨਾ ਤਾਂ ਉਹ ਜ਼ਰੂਰ ਸਪੋਰਟ ਕਰਨਗੇ। ਕੋਈ ਐ ਨਹੀਂ ਨਾ ਪੁੱਛਦਾ ਵੀ ਤੁਸੀਂ ਕਿਸੇ ਨੂੰ ਆਹ ਚੀਜ਼ ਜਾਣਨ ਚ, ਮੈਨੂੰ ਲੱਗਦਾ ਹੋਣੀ ਹੈਗਾ ਵੀ ਕਰਿਓਸਿਟੀ ਹੈ ਨਹੀਂ ਵੀ ਤੁਸੀਂ ਉਸ ਸਿਚੁਏਸ਼ਨ ਦੇ ਵਿੱਚੋਂ ਕਪਲ ਗਿਆ ਕਿਵੇਂ, ਕਿਵੇਂ ਉਹਨਾਂ ਨੇ ਬਾਹਰ ਉਹ ਰਾਤ ਕੱਲ ਨੂੰ ਕਿਸੇ ਨੂੰ ਨਾ ਬਿਤਾਉਣੀ ਪਵੇ ਹਨਾ ਕਿਸੇ ਨੂੰ, ਕੋਈ ਨੀ ਪੁੱਛਦਾ ਤੁਸੀਂ ਤਾਂ ਉਹਦੇ ਤੋਂ ਪੈਸੇ ਲੁੱਟ ਲਿਆ ਠੀਕ ਹੈ ਯਾਰ, ਜਿਹੜਾ ਬੰਦਾ ਪਹਿਲੀ ਜਾਂਦਾ ਬਾਹਰ ਅੰਦਰੋਂ ਪੈਸੇ ਬਣਾਈ ਜਾਂਦਾ ਪ੍ਰਮੋਸ਼ਨਾਂ ਤੋਂ ਬਥੇਰੇ ਪੈਸੇ ਬਣਾ ਰਿਹਾ, ਉਹਨੂੰ ਕੀ ਲੋੜ ਹੈ ਉਹ ਕਰਨ ਦੀ, ਉਹ ਕਾਹਦੇ ਵਾਸਤੇ ਉਹ ਚੀਜ਼ ਐਵੇਂ ਕਰੂਗਾ। ਥੋੜਾ ਉਹੀ ਹੈ ਬਸ, ਥੋੜਾ ਜਿਹਾ ਮਾਨਸਿਕ ਸੰਤੁਲਨ ਲੋਕਾਂ ਦਾ ਹੱਲਿਆ ਹੋਇਆ ਹੁੰਦਾ ਬਹੁਤ, ਦਾ ਜਿਹੜੇ ਇਸ ਤਰ੍ਹਾਂ ਦਾ ਕਮੈਂਟਬਾਜ਼ੀ ਆਉਂਦੀ ਹੈਗੀ ਬਿਨਾਂ ਸਥਿਤੀ ਨੂੰ ਸਮਝੇ ਹੋਏ। ਦਲੇਰ ਉਹੀ ਗੱਲ ਹੈ ਜਿਵੇਂ ਆਪਾਂ ਪੁਰਾਣੀ ਇੱਕ ਵੀਡੀਓ ਨਹੀਂ ਸੀ ਚੱਚ ਪ੍ਰੀਤ ਵਾਲੀ ਵੀਡੀਓ ਆਈ ਸੀ ਨਾ, ਆਪਾਂ ਨੇ ਕ੍ਰਿਟੀਸਿਜ਼ਮ ਕੀਤਾ ਸੀ ਉਸ ਬੰਦੇ ਦਾ ਕਿ ਬਿਨਾਂ ਗੱਲੋਂ ਹਰੇਕ ਅੱਧੀ ਪ੍ਰਮੋਸ਼ਨ ਕਰਨ ਤੁਰ ਪੈਣਾ, ਨੂੰ ਫ੍ਰੈਂਚ ਸਿੱਖਣੀ, ਅੰਗਰੇਜ਼ੀ ਤਾਂ ਆਉਂਦੀ ਨਹੀਂ ਫ੍ਰੈਂਚ ਕਿਤੇ ਸਿੱਖਣਾ, ਤੂੰ ਫ੍ਰੈਂਚ ਦੀ ਪ੍ਰਮੋਸ਼ਨ ਕਰ ਰਿਹਾ। ਆਪਾਂ ਨੇ ਉਹ ਚੀਜ਼ ਦਾ ਕ੍ਰਿਟੀਸਿਜ਼ਮ ਕੀਤਾ, ਜਿਹੜੀ ਚੀਜ਼ ਗਲਤ ਆ ਉਹਨੂੰ ਗਲਤ ਕਹੋ, ਜਿੱਥੇ ਸਹੀ ਕਰ ਰਿਹਾ ਉੱਥੇ ਤਾਂ ਸਹੀ ਕਹਿ ਲਓ। ਹੁਣ ਪਿੱਛੇ ਜੇ ਯਾਰ ਮੁੰਡੇ ਨੇ ਸੁਸਾਈਡ ਕੀਤਾ ਇੱਕ ਗੱਡੀ ਦੇ ਕਰਕੇ ਨਾ, ਇੱਕ ਡੀਲਰਸ਼ਿਪ ਕਰਕੇ, ਚਲੋ ਚਲੋ ਹੁਣ ਆਈ ਨਹੀਂ ਪਤਾ ਸੱਚ ਕੀ ਹੈ, ਜੋ ਜੋ ਚੀਜ਼ ਸਾਹਮਣੇ ਆਈ ਹੈਗੀ ਉਹੀ ਆਈ ਹੈ, ਹੁਣ ਸੱਚ ਆਪਾਂ ਨੂੰ ਨਹੀਂ ਪਤਾ ਕਿੱਦਾਂ ਕਿ ਚਲੋ ਉਹ ਚੀਜ਼ ਹੀ ਮੈਟਰ ਕਰਦੀ ਹੈ। ਹੁਣ ਜਿਹੜੀ ਚੀਜ਼ ਜਦੋਂ ਆਪਾਂ ਕਿਸੇ ਚੀਜ਼ ਦੀ ਅਨਸੈਸਰਲੀ ਹੈ ਨਾ ਪ੍ਰਮੋਸ਼ਨ ਕਰੀ ਜਾਵਾਂਗੇ, ਨਜਾਇਜ਼ ਕਰੀ ਜਾਵਾਂਗੇ, ਉਹ ਚੀਜ਼ ਦਾ ਫਰਕ ਪੈਂਦਾ ਕਿਉਂਕਿ ਤੁਸੀਂ ਇੱਕ ਇਨਫਲੂਐਂਸਰ ਹੋ, ਤੁਸੀਂ ਇੱਕ ਸਹੀ ਗੱਲ ਪੱਖੋਂ ਸੇਧ ਸਹੀ ਨਹੀਂ ਦੇ ਪਾ ਰਹੇ, ਤਾਂ ਤੁਸੀਂ ਕਿਵੇਂ ਐਕਸਪੈਕਟ ਕਰਦੇ ਹੋ ਵੀ ਉਹ ਚੀਜ਼ ਤੁਹਾਡੇ ਹੱਕ 'ਚ ਜਾਊਗੀ ਜਾਂ ਲੋਕਾਂ ਵਾਸਤੇ ਸਹੀ ਹੈ ਜਾਂ ਨਹੀਂ। ਬਾਕੀ ਦੇਖੋ ਜੇ ਤੁਹਾਨੂੰ ਲੱਗਿਆ ਕਿ ਕਈ ਪੁਆਇੰਟ ਸਾਡੇ ਸੱਚੇ ਵੀਡੀਓ ਦੇ ਵਿੱਚ ਹਨਾ ਤੁਸੀਂ ਸੁਣੇ ਨੇ ਧਿਆਨ ਨਾਲ, ਵੀਡੀਓ ਦੇ ਤੁਸੀਂ ਐਂਡ ਤੱਕ ਆਲਰੇਡੀ ਆ ਗਏ ਤਾਂ ਤੁਸੀਂ ਅੱਗੇ ਵੀ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਹਨਾ ਕਿ ਸਾਰਿਆਂ ਕੋਲ ਸਹੀ ਗੱਲਾਂ ਘੱਟੋ ਘੱਟ ਪਹੁੰਚਣੀ ਚਾਹੀਦੀ ਨੇ। ਅਸੀਂ ਪਹਿਲਾਂ ਵੀਡੀਓ ਦੇ ਵਿੱਚ ਕਰੀਆਂ ਸੀ ਮੋਸਟਲੀ ਸਾਰੀਆਂ ਗੱਲਾਂ ਸੱਚੀਆਂ ਵੀ ਹੋ ਰਹੀਆਂ, ਜਿਹੜੀਆਂ ਪ੍ਰੋਡਿਕਸ਼ਨ ਕੀਤੀਆਂ ਹੋਈਆਂ ਜਿਹੜੀ ਅੱਜ ਅਸੀਂ ਕਰਦੇ ਹਾਂ ਨਾ, ਤੁਸੀਂ ਵੀਡੀਓ ਸੇਵ ਕਰਕੇ ਰੱਖ ਲਓ, ਇਹ ਵੀ ਗੱਲਾਂ ਵੀ ਸਹੀ ਹੋਣਗੀਆਂ ਹੋਣਗੀਆਂ ਤੁਹਾਡੇ ਸਾਹਮਣੇ ਆ। ਵੀਰ ਇੱਕ ਗੱਲ ਹੋਰ ਆ, ਆਪਾਂ ਨੂੰ ਮਹੀਨੇ ਕੁ ਪਹਿਲਾਂ ਇੱਕ ਗੱਲ ਬੜੀ ਉੱਡੀ ਤਾਂ ਖਤਮ ਹੋ ਗਈ, ਉਹ ਤਾਂ ਆਹ ਕਿਹੜੀ ਸੀਗੀ ਉਹਦੇ ਵਾਲੀ, ਹਾਂ 5 ਸਾਲ ਦੇ ਵਰਪਰ ਨਾਮ ਤਾਂ ਮੈਨੂੰ ਵੀ ਨਹੀਂ ਯਾਦ ਆ ਰਿਹਾ ਪਰ ਕਈ ਚਾਹੀ ਚਲਾਈਆਂ ਸੀ ਉਹ ਕਾਲ ਦੇ ਲਾਇਰ ਕੀ ਨਾਮ ਸੀ ਉਹਦਾ ਜੜ ਕੇ ਰੱਖਦਾ ਹੁੰਦਾ, ਚਲੋ ਉੱਪਰ ਕਰ ਦਾਂਗੇ ਤੇ ਉਹ ਬਾਲਾ ਉਹਨੇ ਚੱਕਿਆ ਦੀ ਮੈਂ ਪਟੀਸ਼ਨ ਪਾਉ, ਮੈਂ ਇੱਦਾਂ ਕਰੂੰ ਉਹ ਚੀਜ਼ ਕਰੂੰਗਾ ਨਾ, ਤੇ ਉਹ ਚੀਜ਼ ਗੱਲੇ ਦੱਬ ਗਈ ਕਿਉਂਕਿ ਹੋਊਗਾ ਹੀ ਹੁੰਦਾ ਇਹ, ਹੋਰ ਕੁਛ ਨੀ, ਕਸਟਮਰ ਖਿੱਚਣ ਦਾ ਹੁੰਦਾ ਹੁੰਦਾ ਹੋਰ ਕੁਛ ਨੀ, ਆਪਾਂ ਨੂੰ ਪਤਾ ਜੇ 5 ਸਾਲ ਦਾ ਇਹਨਾਂ ਨੇ ਵਰਪਰ ਨੂੰ ਦੇਤਾ ਕੱਲ ਨੂੰ PR ਪਿੱਛੇ ਭੱਜੂਗਾ ਕੌਣ। ਸਹੀ ਗੱਲ ਆ, ਚਲੋ ਬਸ ਸਾਡਾ ਹੀ ਇੱਕ ਦੋ ਗੱਲਾਂ ਸੀ ਜਿਹੜੀਆਂ ਤੁਹਾਨੂੰ ਦੱਸਣੀ ਇਸ ਵੀਡੀਓ ਦੇ ਵਿੱਚ, ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰਿਓ ਸਾਰਿਆਂ ਨੂੰ, ਸਾਰਿਆਂ ਕੋਲ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਅੱਗੇ ਵਾਲੀ ਵੀਡੀਓ ਆਉਣਗੀ, ਜਿਹੜੇ ਸਾਡੇ ਪੁਰਾਣੇ ਵੀਡੀਓ ਵਧੀਆ ਨੇ ਤੁਸੀਂ ਜਾ ਕੇ ਦੇਖੋਗੇ, ਜਾਂ ਫਿਰ ਤੁਹਾਨੂੰ ਚੈਨਲ ਤਾਂ ਹੀ ਦਿਖਾਊਗਾ ਜੇ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ ਬਾਈ ਇਹ ਤੁਹਾਡੀ ਵੀਡੀਓ ਛੋਟੀ ਹੁੰਦੀ ਹੈ ਹੋਰ ਵੱਡੀ ਕਰਾਂਗੇ, ਵੀਡੀਓ ਬਹੁਤ ਸਾਰੀਆਂ ਨੇ, ਸਾਰੀਆਂ ਦੇਖੋ ਤੁਸੀਂ ਜਾ ਕੇ, ਤਾਂ ਖਤਮ ਸਾਨੂੰ ਕਹਿ ਦਿਓ, ਅਸੀਂ ਰੋਜ਼ ਵੀਡੀਓ ਪਾਉਣ ਲੱਗ ਜਾਂਗੇ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ ਸਰ।